वैसे रही गल मजाक वाली, किसी का नाम ना लियो, जस्सी दे अड्डे ते की होया सी? ਉਹ ਸੱਚ ਹਾਂ ਯਾਰ, ਤੂੰ ਯਾਰ ਇੱਥੇ ਹੁਣ ਪੜਦਿਆਂ ਤੇ ਸੋਸ਼ਲ ਮੀਡੀਆ ਦਾ ਯਾਰ, ਹੁਣ ਜੇ ਮੈਨੂੰ ਦੱਸਿਆ ਲੋਕਾਂ ਨੂੰ ਵੀ ਦੱਸੋ। ਅੱਛਾ ਚੱਲ ਦੱਸ ਦੇ, ਐਡੀ ਹਾਸੇ ਵਾਲੀ ਗੱਲ ਆ, ਚਟਪਟੀ ਗੱਲ ਆ ਦੋਸਤੋ, ਸੁਣਿਆ ਜ਼ਰੂਰ। ਸੁਣੋ ਗੱਲ ਮੇਰੀ ਹੈ ਤੇ ਤੁਸੀਂ ਇਹ ਗੱਲ ਵੈਸੇ ਹੈਡਫੋਨ ਲਾ ਕੇ ਸੁਣਿਓ। ਕੀ ਕਹਿੰਦੇ, ਇੱਕ ਵਾਰੀ ਹੋਇਆ ਕਿ ਮੇਰਾ ਇੱਕ ਫਰੈਂਡ ਸੀਗਾ ਜੱਸੀ, ਉਹਦਾ ਵੀ ਨਾਂ ਜੱਸੀ ਸੀ। ਤੇ ਮੈਂ, ਉਹ ਬੜਾ ਸਾਊ ਸੀਗਾ, ਮੇਰੇ ਨਾਲ ਜੋਬ ਕਰਦਾ ਸੀਗਾ, ਬੜਾ ਸਾਊ ਸੀਗਾ ਇੱਕਦਮ। ਉਹਨੂੰ ਕਹਿ ਨਹੀਂ ਸਕਦੇ, ਉਹ ਕੁੜੀ ਨੂੰ ਕਦੀ ਪਾਪੀ ਵੀ ਕੀਤੀ ਹੋਣੀ, ਹੈ ਇੰਨਾ ਸ਼ਰੀਫ। ਤੇ ਮੈਂ ਕਿਹਾ ਯਾਰ ਤੂੰ ਕੁਛ ਕਰ ਲਾ, ਹੈ ਬੁੜਾ ਹੋ ਗਿਆ, 30 ਸਾਲ ਦਾ ਹੋ ਗਿਆ, ਅੱਜ ਦੇ 8 ਸਾਲ ਪਹਿਲਾਂ 30 ਸਾਲ ਦਾ ਹੋ ਗਿਆ, ਤੂੰ ਹਾਲੇ ਤਾਂ ਕੁਛ ਕਰਿਆ ਨਹੀਂ। ਕਹਿੰਦਾ ਨਹੀਂ ਨਹੀਂ, ਮੈਂ ਕਦੀ HPV ਨਹੀਂ ਕਰੀ। ਮੈਂ ਕਿਹਾ ਤੇ ਫਿਰ ਤੇਰਾ ਬਣਨਾ ਕੀ ਹੈ, ਤੂੰ ਤਾਂ ਮਰਦ ਨਹੀਂ ਹੈਗਾ, ਤੂੰ ਨਾ ਮਰਦਾ, ਤੈਨੂੰ ਤੂੰ ਕਿਤੇ ਬੋਨੀ ਉਂਡੀ ਤਾਂ ਨਹੀਂ? ਕਹਿੰਦਾ ਨਹੀਂ, ਮੈਂ ਤਾਂ ਠੀਕ ਹਾਂ, ਮੈਨੂੰ ਫੀਲਿੰਗ ਆਉਂਦੀ ਆ। ਮੈਂ ਕਿਹਾ ਅੱਛਾ ਅੱਛਾ, ਚੱਲ ਤੈਨੂੰ ਲੈ ਕੇ ਚੱਲਦੀ ਹਾਂ ਇੱਕ ਥਾਂ 'ਤੇ। ਅਤੇ ਲੁਧਿਆਣੇ ਨਾ ਇੱਕ ਜੱਸੀ ਦਾ ਅੱਡਾ ਆ, ਬੜਾ ਫੇਮਸ ਲੁਧਿਆਣੇ ਵਾਲੇ, ਤੁਸੀਂ ਤੁਹਾਨੂੰ ਪਤਾ ਹੋਣਾ। ਕਿੱਥੇ ਕਰਕੇ ਆ? ਗਿੱਲ ਰੋਡ, ਗਿੱਲ ਚੌਂਕ ਦੇ ਕੋਲ, ਗਿੱਲ ਚੌਂਕ ਕੋਲ ਹੈ ਜੱਸੀ ਦਾ ਅੱਡਾ ਆ। ਅਤੇ ਉੱਥੇ ਲੈ ਕੇ ਗਈ। ਮੈਂ ਕਿਹਾ ਚੱਲ ਉੱਥੇ ਤੈਨੂੰ ਫਸਟ ਟਾਈਮ ਕਰਵਾ ਦਿੰਦੀ ਹਾਂ। ਅਤੇ ਮੈਂ ਥੱਲੇ ਗੱਡੀ 'ਚ ਖੜ੍ਹੀ ਰਹੀ ਅਤੇ ਇਹਨੂੰ ਉੱਤੇ ਭੇਜਿਆ, ਹੈ ਕਿ ਚੱਲ ਪਲੈਜ਼ਰ ਉੱਥੇ ਜਾ ਕੇ ਲੈ। ਅਤੇ ਇਹ ਅੰਦਰ ਵੜਿਆ। ਇਹ ਪਹਿਲੀ ਗੱਲ ਤਾਂ ਕੀ ਲੈ ਕੇ ਗਿਆ ਸੀ ਉੱਥੇ? ਪੈਸੇ ਤਾਂ ਜਿਹੜੇ ਦੇਣੇ ਸੀ ਉਹਨਾਂ ਨੂੰ ਦੇਣੇ ਸੀ। ਇਹ ਇੱਕ ਦਰਜਨ ਕੇਲਾ ਅਤੇ 8 ਸਮੋਸੇ ਲੈ ਕੇ ਗਿਆ, ਲੈਣ ਲੈ ਕੇ ਜਿਵੇਂ ਸਹੁਰਿਆਂ ਦੇ ਨਹੀਂ ਜਾਂਦੇ। ਡਰ ਕਿਵੇਂ ਸੀ? ਉਹ ਡਰਦਾ ਇੱਦਾਂ ਪਿਆ ਸੀ, ਕਹਿੰਦਾ ਨਹੀਂ ਤੂੰ ਵੀ ਬਹਿ ਨਾਲ, ਮੈਂ ਇੱਦਾਂ ਨਹੀਂ ਕਰੂੰਗਾ, ਮੈਨੂੰ ਡਰ ਲੱਗਦਾ। ਮੈਂ ਕਿਹਾ ਮੈਂ ਇੱਥੇ ਹੀ ਹਾਂ, ਇੱਥੇ ਹੀ ਹਾਂ, ਬਸ ਤੂੰ ਛੇਤੀ ਆਪਣਾ ਕੰਮ ਨਿਬੇੜ ਕੇ ਆ ਜਾਈ। ਦੋਸਤੋ ਚੌਂਕੀਦਾਰੀ ਕੀਤੀ ਇਹਨੇ ਫਿਰ ਬਾਹਰ। ਤੇ ਹੋਇਆ ਇੱਦਾਂ, ਇਹ ਜਦੋਂ ਹੋਇਆ ਕਿ ਪੁਲਿਸ ਦੀ ਰੇਡ 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 ਪੈ ਗਈ ਉੱਥੇ, ਤੇ ਇਹ ਬਾਹਰ ਆਇਆ ਭੱਜ ਕੇ। ਚੱਲ 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 ਪੁਲਿਸ ਆ ਗਈ। ਹਾਂ, ਮੈਂ ਕਿਹਾ ਗੱਡੀ ਸਟਾਰਟ ਕਰਾਂ, ਹੈਂ ਤੇ ਮੈਂ ਭਜਾ ਲਈ ਗੱਡੀ। ਤੇ ਮੈਂ ਇਹਨੂੰ ਥੋੜ੍ਹੀ ਦੇਰ ਤੱਕ ਪੁੱਛਾਂ ਕੀ ਹੋ ਗਿਆ, ਬੜਾ ਖੁਸ਼ ਹਾਂ। ਕਹਿੰਦਾ ਯਾਰ ਮੈਂ ਨਾ, ਮੈਨੂੰ ਪਤਾ ਨਹੀਂ ਸੀਗਾ, ਹੈਂ ਬਟ ਮੈਂ ਅੱਜ ਤੋੜ ਕੇ ਆਇਆ। ਕੀ ਤੋੜ ਕੇ ਆਇਆ? ਕਹਿੰਦਾ ਵਰਜਨਿਟੀ ਲੂਜ਼ ਕਰਕੇ ਆਇਆ ਉਹਦੀ ਮੈਂ। ਹੁਣ ਹੁਣ ਪ੍ਰੋਸਟੀਟਿਊਸ਼ਨ ਦਾ ਜਿਹੜਾ ਕੰਮ ਕਰਦੀ ਆ, ਤੁਹਾਨੂੰ ਵੀ ਪਤਾ ਦੋਸਤੋ, ਉਹਨਾਂ ਦੀ ਆਲਰੇਡੀ ਹੀ ਬ੍ਰੇਕ ਹੁੰਦੀ ਆ। ਬਟ ਨਹੀਂ, ਉਹ ਕਹਿੰਦਾ ਯਾਰ ਇੰਨਾ ਚਾਅ, ਹੁਣ ਪੰਜਾਬੀ 'ਚ ਜਿਵੇਂ ਆਪਾਂ ਗੱਲਾਂ ਕਰਦੇ ਹਾਂ ਨਾ, ਉੱਦਾਂ ਆਪਾਂ ਗੱਲ ਕਰਦੇ ਹਾਂ ਕਿ ਇਹ ਵੀ ਮੈਂ ਆਹ ਤੋੜਾਇਆ, ਮੈਂ ਆਹ ਤੋੜਾਇਆ, ਉਹਦੀ ਤੋੜਾਇਆ, ਉਹਦੀ ਤੋੜਾਇਆ। ਦੋਸਤੋ ਆਪਾਂ ਰਿਵੀਲ ਨਹੀਂ ਕਰਨਾ, ਬਟ ਬੋਲਦਾ ਇੱਦਾਂ ਹੀ ਪਿਆ ਸੀ। ਇਹ ਵੀ ਨਾਲ ਗਿਆ ਸੀ ਨਾ, ਇਹ ਵੀ ਪਿੱਛੇ ਹੀ ਬੈਠਾ ਸੀ। ਤੇ ਕੀ ਕਹਿੰਦੇ, ਮੈਂ ਕਿਹਾ ਓਹੋ ਯਾਰ ਚੱਲ ਡਾਕਟਰ ਦੇ ਲੈ ਕੇ ਚਲੋ। ਹੁਣ ਉਹਦੇ ਪੇਨ ਬੜੀ ਹੋ ਰਹੀ ਸੀ, ਹੁਣ ਫਸਟ ਟਾਈਮ ਕੀਤਾ ਤਾਂ ਹੋਣੀ ਹੈ, ਤੇ ਗੰਦਾ ਵੀ ਬਹੁਤ ਸੀ, ਉਹ ਲਿਬੜਿਆ ਪਿਆ ਸੀ ਥੱਲੋਂ। ਹੁਣ ਸਾਰਾ ਦੱਸੋ ਨਾ, ਐਕਸਪਲੇਨ ਕਰਨਾ ਸਾਰਾ ਕਰ। ਚਲੋ ਡਾਕਟਰ ਦੇ ਕੀ ਹੋਇਆ ਫਿਰ? ਅੰਦਰ ਗਿਆ, ਇਹਨੂੰ ਅੰਦਰ ਲੈ ਗਿਆ ਡਾਕਟਰ, ਅੰਦਰ ਲੈ ਗਿਆ ਤੇ ਇਹਦੇ ਪੱਟੀ ਪੁੱਟੀ ਕੀਤੀ। ਫਿਰ ਬਾਹਰ ਆ ਕੇ ਡਾਕਟਰ ਦੱਸਿਆ ਪੱਟੀ ਨਹੀਂ ਹੋਈ ਸੀ। ਹਾਂ ਸੁਣ ਤਾਂ ਸਹੀ, ਦੇਖ ਡਾਕਟਰ ਨੇ ਬਾਹਰ ਆ ਕੇ ਕੀ ਦੱਸਿਆ ਤੁਹਾਨੂੰ? ਡਾਕਟਰ ਨੇ ਕਿਹਾ ਮੈਂ ਪੱਟੀ ਕਰਕੇ ਡਾਇਪਰ ਤਾਂ ਪਵਾਤਾ। ਅਸੀਂ ਪੁੱਛਿਆ ਕਿ ਇਹਦਾ ਕੀ ਹੋਇਆ, ਤੇ ਇਹਨੇ ਆਪ ਆ ਕੇ ਦੱਸਿਆ, ਉਹ ਯਾਰ ਮੈਂ ਕੋਈ ਬ੍ਰੇਕ ਨਹੀਂ ਕਰਕੇ, ਮੈਂ ਕੋਈ ਤੋੜ ਕੇ ਨਹੀਂ ਆਇਆ, ਐਕਚੁਅਲੀ ਡਾਕਟਰ ਨੇ ਕਿਹਾ ਮੇਰਾ ਟਾਂਕਾ ਟੁੱਟ ਗਿਆ। ਦੋਸਤੋ ਇਹਦਾ ਹੀ ਟਾਂਕਾ ਟੁੱਟਿਆ ਸੀਗਾ, ਇਹ ਕਹਿੰਦਾ ਮੈਂ ਉਹਦੀ ਤੋੜ ਕੇ ਆਇਆ, ਡਾਕਟਰ ਨੇ ਡਾਇਪਰ ਪਵਾ ਕੇ ਇਹਨੂੰ ਭੇਜਿਆ, ਇਹਦੀ ਬਲੀਡਿੰਗ ਬੰਦ ਨਹੀਂ ਹੋ ਰਹੀ ਸੀ। ਮੈਂ ਤੋੜਾਇਆ ਉਹਦੀ, ਮੈਂ ਤੋੜਾਇਆ, ਸਾਲਿਆ ਤੇਰੀ ਨੀ ਟੁੱਟੀ, ਉਹਦੀ ਨੀ ਟੁੱਟੀ, ਤੇਰਾ ਹੀ ਟਾਂਕਾ ਟੁੱਟਿਆ। ਨਹੀਂ ਇੱਕ ਗੱਲ ਹੋਰ, ਇੱਕ ਗੱਲ ਹੋਰ, ਹੁਣੀ ਤੁਹਾਨੂੰ ਕਿਸੇ ਦਾ ਫੋਨ ਆਇਆ ਸੀ ਜਦੋਂ? ਅੱਛਾ, ਮੈਨੂੰ ਆਇਆ ਪਟਿਆਲੇ ਤੋਂ ਫੋਨ ਹੁਣੀ ਸੱਤੇ ਦਾ, ਵੀਰੇ ਦਾ ਫੋਨ। ਕਹਿੰਦਾ ਭੈਣੇ ਮੈਂ ਬੈਠਾ ਨਾ ਪਾਰਲਰ, ਉਹ ਸਲੂਨ ਬੈਠਾ,
ਤੇ ਮੈਨੂੰ ਕੰਟੈਂਟ ਚਾਹੀਦਾ ਕੋਈ ਵਧੀਆ ਜਿਹਾ ਕੰਟੈਂਟ ਸੋਚ ਕੇ ਦੱਸੋ ਕਿਉਂਕਿ ਮੇਰਾ ਸ਼ੈਤਾਨ ਦਾ ਦਿਮਾਗ ਮੇਰੇ ਦਿਮਾਗ 'ਚ ਨਾਲ ਦੇ ਨਾਲ ਆ ਜਾਂਦਾ ਤੇ ਮੈਂ ਕਿਹਾ ਨਾਈ ਨੂੰ ਇਹ ਕਹਿ ਕਿ ਵੀਰੇ ਤੂੰ ਕਿੱਥੇ ਕਿੱਥੇ ਦੇ ਵਾਲ ਕੱਟ ਦੇਣਾ ਤੇ ਨਾਈ ਬੋਲਦਾ ਅੱਗਿਓ ਕਿ ਵੀਰੇ ਤੁਸੀਂ ਦੱਸੋ ਤਾਂ ਸਹੀ ਅਸੀਂ ਝੂਆ ਤੱਕ ਨਹੀਂ ਛੱਡਦੇ ਓ ਮਾਈ ਗੋਡ ਦੋਸਤੋ ਇਹ ਵੀਡੀਓ ਸਿਰਫ ਠਰਕੀਆਂ ਲਈ ਸੀ ਤੇ ਮੈਂ ਚਾਹੁੰਦੀ ਹਾਂ ਕਿ ਠਰਕੀ ਹੀ ਇੰਜੋਏ ਕਰਨ ਤੇ ਮੇਰੀ ਵੀਡੀਓ ਪਲੀਜ਼ ਹੈੱਡਫੋਨ ਲਾ ਕੇ ਸੁਣਿਓ ਤੇ ਫੈਮਿਲੀ 'ਚ ਬਹਿ ਕੇ ਨਾ ਸੁਣਿਓ ਤੇ ਬੱਚੇ ਪਲੀਜ਼ ਮੇਰੀ ਵੀਡੀਓਸ ਨਾ ਦੇਖਣ ਤੇ ਬੁੜੇ ਵੀ ਤੇ ਪੱਤਰਕਾਰ ਬਾਰੇ ਤਾਂ ਕੁਝ ਬੋਲ ਦੋ ਪੱਤਰਕਾਰ ਹੈਗਾ ਇੱਕ ਨੰਬਰ ਦਾ ਕੌਣ ਤੁਹਾਡੇ ਫੈਨ ਆ ਕੌਣ ਸਤਿ ਸ਼੍ਰੀ ਅਕਾਲ ਖਤਮ ਕਰ ਲੋ ਨਾ ਥੋੜਾ ਜਿਹਾ ਰਹਿ ਗਿਆ ਮੈਂ ਵੀ ਲੈ ਗਈ ਵੈਸੇ ਬਟ ਯਾਰ ਸੱਤੂ ਸਾਡੇ ਨੀ ਮੁੱਕੇ ਪਏ ਤੇ ਕੁਛ ਲੋਕਾਂ ਦੇ ਨੀ ਮੁੱਕੇ ਪਏ ਮੈਨੂੰ ਤਾਂ ਹੱਥ ਕੱਢ ਕੇ ਤਾਂ ਐ ਮਿਲਾਉਂਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀ ਕਰ ਸਕਦਾ ਸੀ ਅਗਲਾ ਨਹੀਂ ਐਕਚੁਅਲੀ ਕੀ ਹੈ ਨਾ ਇਹ ਮੇਰਾ ਮੱਲਾ ਠੀਕ ਆ ਥੋੜਾ ਜਿਹਾ ਤੇ ਇਹ ਮੈਨੂੰ ਜਾਣਦੇ ਨੇ ਤੇ ਉਹ ਮੁੰਡਾ ਜਿਹੜਾ ਵਿਆਹ ਤੇ ਆਇਆ ਤੇ ਉਹ ਕਹਿੰਦਾ ਕਿ ਕਮਲ ਕੌਰ ਆ ਤੇ ਫਿਰ ਮੈਂ ਇਹਦੇ ਨਾਲ ਫੋਟੋ ਕਰਾਉਣੀ ਆ ਤੇ ਇਸ ਕਰਕੇ ਉਹ ਮੇਰੇ ਕੋਲ ਇੱਥੇ ਆ ਗਏ ਕਿ ਹਾਂ ਗੱਡੀ 'ਚ ਬੈਠੀ ਆ ਹੁਣ ਤਾਂ ਕਰਕੇ ਤੇ ਮੈਂ ਗੱਲ ਦੱਸਣੀ ਭੁੱਲ ਗਿਆ ਪੱਤਰਕਾਰ ਬਾਰੇ ਤੁਸੀਂ ਕੁਝ ਦੱਸ ਰਹੇ ਸੀਗੇ ਬੋਲ ਹੀ ਨਹੀਂ ਰਹੇ